ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਸਦਾ ਰੰਗ ਦੇ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਹੀ ਮਹਿਰਾ ਬਰਾਦਰੀ ਦੇ 13 ਸਾਲ ਬੱਚੇ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੜਾਹ ਪ੍ਰਸ਼ਾਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਗਏ ਅਤੇ ਪ੍ਰਸ਼ਾਦ ਵਿੱਚ ਥੁੱਕਿਆ ਗਿਆ ਹੈ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਮੌਕੇ ਉੱਤੇ ਪੁੱਜੀ ਪੁਲਿਸ ਵੱਲੋਂ ਬੱਚੇ ਨੂੰ ਕਾਬੂ ਕਰਦੇ ਹੋਏ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਬਟਾਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਭਾਜੀ, ਮੈਨੂੰ ਤਾਂ ਪਤਾ ਨਹੀਂ, ਰੋਟੀ ਖਾ ਕੇ ਵੀ ਚੇਤਾ ਭੁੱਲ ਜਾਂਦਾ ਕਿ ਮੈਂ ਖਾਧੀ ਨਹੀਂ। ਜੇ ਕੋਈ ਕੰਮ ਵਿਗਾੜ ਦਿੰਦਾ, ਰੋੜ ਦਿੰਦਾ, ਆ ਦਿੰਦਾ, ਮੈਂ ਕੀਤਾ ਹੀ ਨਹੀਂ ਕੱਖ। ਪਤਾ ਨਹੀਂ 10 ਸਾਲ ਦੀ ਉਮਰ ਹੀ ਇੰਨੀ ਕੀ ਆ। ਗੁਰਦੁਆਰੇ ਜਾਂਦਾ ਹੈਗਾ ਇਹ ਤੇ ਮਨ ਚ ਗੁਰਦੁਆਰੇ ਜਾਂਦਾ ਹੁੰਦਾ ਹੈ ਭਾਜੀ? ਇਹਨਾਂ ਨੇ ਜਾਂਦਾ ਹੁੰਦਾ ਸੀ ਪਾਠੀ, ਉੱਥੇ ਪਾਠ ਕਰਦੇ ਹੁੰਦੇ ਇਹਨਾਂ ਨੇ, ਉਹਦੇ ਜਾਂਦਾ ਹੁੰਦਾ ਸੀ, ਉੱਦਾਂ ਮੱਥਾ ਟੇਕਣ। ਕਿਸੇ ਵੇਲੇ ਤਾਂ 4 ਵਜੇ ਵੀ ਚੱਲ ਜਾਂਦਾ ਹੁੰਦਾ ਸੀ ਅਤੇ ਕਿਸੇ ਵੇਲੇ ਨਹੀਂ ਵੀ ਜਾਂਦਾ ਹੁੰਦਾ, ਅੜੀ 'ਤੇ ਆਪਣੀ ਆਈ 'ਤੇ ਮਤਲਬ ਜਾਂਦਾ ਹੁੰਦਾ ਸੀ। 6ਵੀਂ 'ਚ ਪੜ੍ਹਦਾ ਵਾ। ਹਰਕਤ ਸ਼ਤਾਨੀ ਸ਼ਤੂਨੀ ਤਾਂ ਬਥੇਰੀ ਕਰਦਾ ਵਾ, ਇੱਦਾਂ ਸ਼ਤਾਨੀਆਂ ਮਤਲਬ। ਅੱਗੇ ਇੱਕ ਗੱਡੀ ਜੀ ਦਾ ਸ਼ੀਸ਼ਾ ਤੋੜਿਆ ਸੀ ਖਰੇ, ਸਕੂਲ ਆਉਂਦੇ ਨੇ, ਪਤਾ ਨਹੀਂ ਉਹ ਵੀ ਪੈਸੇ ਥੋੜ੍ਹੇ ਬਹੁਤੇ ਭਰੇ। ਨਹੀਂ ਉੱਦਾਂ ਜੋ ਮੱਥਾ ਟੇਕਣੀ ਆਉਂਦਾ ਸੀ, ਮੈਂ ਚੱਲਿਆ ਵਾਂ ਤਾਂ ਮੁੜ ਕੇ ਆਣ ਕੇ ਸਕੂਲ ਵਰਦੀ ਪਾ ਕੇ ਚੱਲ ਗਿਆ। ਮੈਂ ਸਿਰ ਨਹੀਂ ਵਾਉਣਾ ਆਉਂਦਾ ਸੀ, ਮੈਂ ਕੁੱਟ ਕੇ ਅਤੇ ਮੈਂ ਤੂੰ ਸਿਰ ਨਹੀਂ ਵਾਉਂਦਾ, ਮੈਂ ਤੇਲ ਵੀ ਕਿਸੇ ਜੀ ਕਿੱਦਾਂ ਲਵਾਵੇ ਚਾਹੇ ਨਾ ਲਵਾਵੇ ਸਿਰ ਨੂੰ। ਤਾਂ ਮੈਂ ਤੌਣੀ ਲਾਈ, ਉੱਦਾਂ ਮੈਂ 2-4 ਚਪੇੜਾਂ ਛੁੱਟੀਆਂ। ਇਸ ਗੱਲ ਦਾ ਤਾਂ ਸਾਨੂੰ ਬਾਅਦ 'ਚ ਹੀ ਮਤਲਬ ਪਤਾ ਲੱਗਾ ਵਾ ਵੀ ਆਹ ਗੱਲ ਵਾ, ਇਹ ਵੀ ਇਸ ਦਾ ਰੌਲਾ ਤੋਂ ਬਾਅਦ 'ਚ ਵੀ ਜਦੋਂ ਸਕੂਲ ਕਿਵੇਂ ਲੱਗਾ ਜਦੋਂ ਇਹ ਘਟਨਾ ਦਾ ਪਤਾ ਲੱਗਾ, ਤੁਹਾਡੇ ਮਨ 'ਤੇ ਕੀ ਬੀਤੀ ਉਦੋਂ, ਬੇਟੇ ਨੇ ਆਹ ਕੁਛ ਕਰਤਾ? ਭਾਜੀ, ਮੈਂ ਤਾਂ ਬਗਾਨਾ ਹੀ ਗੋਦ ਲੈ ਬੈਠੀ ਜੀ, ਨਾ ਇਹਦਾ ਮਾਂ ਨਾ ਇਹਦਾ ਪਿਓ, ਮੈਂ ਤਾਂ ਮੈਂ ਕੁੜੀ ਕੋਈ ਮੈਨੂੰ ਕੀ ਪਤਾ ਸੀ ਰੱਬ ਨੇ ਮੇਰੇ ਟਿੱਡਾ ਵੀ ਨਾ ਲੈਂਦੀ, ਆਏ ਰੱਬਾ ਮੈਂ ਨਾ ਲੈਂਦੀ ਇਹਨੂੰ, ਆਏ ਮੈਨੂੰ ਆਉਂਦਾ ਸੀ ਇਹਨੇ ਰੋਟੀ ਦੇਈ ਜਾਈ ਰੱਬ ਦਰਸ਼ੀ, ਨਾ ਇਹਦਾ ਮਾਂ ਨਾ ਇਹਦਾ ਪਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਸੁਖਵਿੰਦਰ ਸਿੰਘ, ਗ੍ਰੰਥੀ ਪਿੰਡ ਸਦਾ ਰੰਗ ਦੇ ਰਹਿਣ ਵਾਲਾ ਹਾਂ। ਮੇਰੇ ਹੀ ਪਿੰਡ ਸਦਾ ਰੰਗ ਵਿੱਚ ਅੱਜ ਜਦੋਂ ਮੈਂ ਮੇਰਾ ਪੁੱਤਰ ਰਣਜੋਤ ਸਿੰਘ ਸੁਬਹਾ ਸਵੇਰੇ ਸੇਵਾ ਕਰਕੇ ਘਰ ਨੂੰ ਗਿਆ, 7:30 ਵਜੇ ਹੋਰ ਸੇਵਾਦਾਰ ਨਾਲ ਸੇ ਘਰ ਨੂੰ ਗਏ ਨੇ। ਉਸ ਤੋਂ ਬਾਅਦ 8:30 ਵਜੇ ਸਾਡੇ ਪਿੰਡ ਦਾ ਇੱਕ ਮੁੰਡਾ ਕਰਨਦੀਪ ਸਿੰਘ, ਜਿਸ ਨੇ ਗੁਰੂ ਮਹਾਰਾਜ ਦੀ ਬੇਨਤੀ ਕੀਤੀ ਆ, ਇੱਕ ਅੰਗ ਜੋ 1029 ਅੰਗ 'ਤੇ ਆ, ਉਹ ਸਫਾ ਅੰਗ ਪੰਨਾ ਪਾੜ ਦਿੱਤਾ। ਸੋ ਉਸ ਤੋਂ ਬਾਅਦ 'ਚ ਸਾਡੇ ਸਾਰੇ ਪ੍ਰਧਾਨ ਸਾਹਿਬ ਹੋਰ ਨਗਰ ਨਿਵਾਸੀਆਂ ਨੂੰ ਪਤਾ ਲੱਗਾ, ਸਭ ਇਕੱਠੇ ਹੋਏ ਨੇ, ਡੀਸੀ ਸਾਹਿਬ ਆਏ, ਅਫਸਰ ਆਏ ਨੇ, ਉਸ ਤੋਂ ਬਾਅਦ ਪੱਤਰਕਾਰ ਵੀ ਆਏ ਨੇ, ਇਹ ਸਭ ਕਾਰਵਾਈ ਹੋਈ ਆ। ਅਤੇ ਸਾਡੇ ਗੁਰਦੁਆਰਾ ਸਾਹਿਬ ਕੈਮਰੇ ਲੱਗੇ ਹੋਏ ਹਨ, ਉਹਨਾਂ ਦੇ ਵਿੱਚ ਬਿਲਕੁਲ ਸਪਸ਼ਟ ਆ ਚੁੱਕਾ ਵਾ, ਅਤੇ ਉਸ ਨੇ ਮਨਜ਼ੂਰੀ ਵੀ ਕਰ ਲਿਆ ਕਿ ਮੇਰੇ ਕੋਲ ਗਲਤੀ ਹੈ ਕਿ ਮੈਂ ਪਾੜ ਦਿੱਤਾ। ਸੋ ਹੁਣ ਉਹ ਬੱਚਾ ਥਾਣੇ ਆ, ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੋ ਸ਼੍ਰੋਮਣੀ ਕਮੇਟੀ ਵਾਲੇ ਮੈਂਬਰ ਸਾਹਿਬ ਸਾਡੇ ਕੋਲ ਆਏ ਨੇ, ਪਹੁੰਚੇ ਨੇ, ਆਪਾਂ ਗ੍ਰੰਥ ਸਾਹਿਬ ਲੈ ਕੇ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਅੰਮ੍ਰਿਤਸਰ ਚੱਲੇ ਹਾਂ, ਉੱਥੇ ਜਮ੍ਹਾਂ ਕਰਾ ਕੇ ਆਉਣਾ ਵਾ, ਉਸ ਤੋਂ ਬਾਅਦ ਬਦਲੀ ਕਰਾਂਗੇ। ਕਿੰਨੀ ਉਮਰ ਸੀਗੀ ਬੱਚੇ ਜਿਹਨੇ? ਬੱਚੇ ਦੀ ਉਮਰ ਕੋਈ 13-14 ਸਾਲ ਦੇ ਵਿੱਚ ਸੀ, 6ਵੀਂ ਕਲਾਸ ਵਿੱਚ ਪੜ੍ਹਦਾ ਬੱਚਾ, 13-14 ਸਾਲ ਦੀ ਉਮਰ ਆ, ਅਤੇ ਪਿੰਡ ਦਾ ਰਹਿਣ ਵਾਲਾ ਵਾ। ਪਤਾ ਨਹੀਂ ਉਹਦੇ ਮਨ ਵਿੱਚ ਕੀ ਗੱਲ ਆਈ ਕੀ ਨਹੀਂ, ਇਸ ਕਰਕੇ ਉਹਨੇ ਬੇਬਦੀ ਕਰ ਦਿੱਤੀ ਆ। ਅਤੇ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਹੀ ਸੜਕ ਦੇ ਲਾਗੇ ਘਰ ਉਹਨਾਂ ਦਾ, ਕੋਈ 10 ਕੁ ਘਰ ਛੱਡ ਕੇ ਉਹਨਾਂ ਦਾ ਘਰ ਆਉਂਦਾ ਗੁਰਦੁਆਰਾ ਸਾਹਿਬ ਤੋਂ। ਅਤੇ ਇਸ ਕਰਕੇ ਬੇਨਤੀ ਆ ਕਿ ਜੋ ਵੀ ਕਾਰਵਾਈ ਪੁਲਿਸ ਕਰਨਗੇ, ਪਿੰਡ ਵਾਲੇ ਜੋ ਕਰ ਰਹੇ ਕਰ ਰਹੇ ਆ, ਬਾਕੀ ਪੁਲਿਸ ਵਾਲੇ ਪਿੰਡ ਦੇ ਵਿੱਚ ਇੱਕ ਬੱਚੇ ਦੇ ਵੱਲੋਂ ਬੇਅਦਬੀ ਕਰਨੀ ਕਿੰਨਾ ਕੁ ਸਹੀ ਹੈ? ਹੈ ਤਾਂ ਗਲਤ ਆ, ਕਿਉਂਕਿ ਬੱਚਾ ਜੇ 13-14 ਸਾਲਾਂ ਦਾ ਜੇ ਸੋਚੀਏ ਜਾਣੀਏ ਤਾਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ, ਹੋ ਸਕਦਾ ਕਿਸੇ ਨੇ ਕਰਾਈ ਵੀ ਹੋਵੇ, ਲਾਲਚ ਦਿੱਤਾ ਹੋਵੇ, ਤਾਂ ਹੋ ਸਕਦੀ ਆ। ਕਿਉਂਕਿ 2-3 ਵਾਰੀ ਪਹਿਲਾਂ ਮਾਰੇ ਦੇ ਅੰਗ ਇੱਧਰ ਉੱਧਰ ਫੋਲੇ ਨੇ,
फिर घोल के तो भी हाथ मारे ने प्रसाद में ही थुकया गया तो तीजी बार आन के तो अंग नूं पाड़ दिता तो अंग उत्थे रख दिता दर ग्रंथ साहिब विच ही। तुसीं उस टाइम कित्थे सीगे? असीं उस वेले घर सी ते जदों आपां गुरद्वारा साहब बंद करन गए तो वह बच्चा सानूं गुरद्वारों साडे भजंगी नूं मिलिया भी आ टकरिया भजां दा गुरद्वारों शक दे तौर ते मुंडे ने वेख्या वा रुमाला साहब लत्था होया सी अद्धा क ते जदों सारा चुक के वेख्या अपनी मम्मी नाल खड़ के ते ग्रंथ साहिब दा इक अंग जिहड़ा वो फटिया होया सी। किन्ने बजे टाइम सीगा जदों? 8:30 बजे का टाइम सी। तो 8:45 के करीब मुंडा गुरद्वारा साहब गया वा तो 8:30 बजे का पाड़िया वा तो 8:45 दह 15 मिनट ही सब कुछ हो गया क्योंकि साढ़े चाह तो लंगर लगता सवेरे सवेरे 7:30 बजे भांडे बर्तन साफ करके चाह छका के तो सेवादार घर चले गए ने फिर आप चंगी ग्रंथी वह भी घर चल गया तो उस तो बाद संगत भी आन डियाँ वा उस टाइम के फिर संगत नहीं कोई आई तो ये कम हो गया जी। सवेर का टाइम है अमृत वेल का टाइम है ये 8:30-9:30 ਦੇ ਵਿੱਚ ਇਹ ਕੰਮ ਹੋਇਆ। 8 ਵਜੇ ਜਿਹੜਾ ਆਪਣਾ ਸੇਵਾਦਾਰ ਨੇ ਉਹਦੇ ਤਾਪਿਆ ਤੇ ਪਾਠ ਕਰਦਾ ਹੁੰਦਾ 8:30 ਵਜੇ ਕੁਐਸਚਨ ਤੇ ਕੋਈ ਨਹੀਂ ਸੀ। ਹਾਂਜੀ ਕੋਈ ਨਹੀਂ ਉਸੇ ਗੁਰਦੁਆਰਾ ਖਾਲੀ ਕੋਈ ਨਹੀਂ ਜੀ। ਸਾਨੂੰ ਪਿੰਡ ਸਦਾ ਰੰਗ ਤੋਂ ਟੈਲੀਫੋਨ ਆਇਆ ਸੀਗਾ ਗ੍ਰੰਥੀ ਸਿੰਘ ਸੁਖਵਿੰਦਰ ਸਿੰਘ ਦਾ ਵੀ ਇੱਕ ਬੱਚਾ ਹੈਗਾ ਹਰ ਰੋਜ਼ ਅੱਗੇ ਵੀ ਗੁਰਦੁਆਰਾ ਸਾਹਿਬ 'ਚ ਆਉਂਦਾ ਕਰਨਦੀਪ ਸਿੰਘ ਉਰਫ ਕਰਨ ਕਰੀਬ ਉਹਦੀ ਉਮਰ ਜਿਹੜੀ 11-12 ਸਾਲ ਹੈਗੀ ਅਤੇ ਉਹਨੇ ਆ ਕੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆ ਅੰਗ ਉਹਨੂੰ ਪਾੜਤਾ ਇਹ ਜਿਹੜੀ ਖਬਰ ਆ ਕਿ ਬਹੁਤ ਹੀ ਮੰਦਭਾਗੀ ਆ ਇਹ ਨਹੀਂ ਕਿ ਇੱਦਾਂ ਹੋਣਾ ਚਾਹੀਦਾ। ਬਾਕੀ ਉਹਨਾਂ ਦੇ ਜੋ ਵੀ ਗ੍ਰੰਥੀ ਸਿੰਘ ਦੀ ਸਟੇਟਮੈਂਟ ਦਿੰਦਾ ਆ ਉਹਦੇ ਆਧਾਰ 'ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਨਹੀਂ ਜੀ ਅਜੇ ਫਿਲਹਾਲ ਜੋ ਵੀ ਸਟੇਟਮੈਂਟ ਦੇਗਾ ਉਹਦੇ ਮੁਤਾਬਕ ਜੋ ਬਣਦਾ ਫਿਰ ਉਸ ਨਾਲ ਕਾਰਵਾਈ ਕੀਤੀ ਜਾਵੇ।